जिला गुरदासपुर के पिंड लौंगवाल के खेतों में फोड़ी नाल चलते ते एक लत तो अपाहज लवली झोना लगा रहा है। लवली का कहना है कि वह मेहनत की रोटी खाना पसंद करता है, सीजन तो बिना वह मोची का काम भी करता है, लेकिन घर की मजबूरी है अते परिवार लई दो टुक की रोटी लई वह झोना ला रहा है। यह हर साल लगाउंदा है। उत्थे ही लवली अपने दुख नू मुस्कुराहट विच बयान करदिया दसदा है कि उसनू खेडां दा भी शौक सी अते भावे वह अंगहीन है लेकिन उसने फोड़ी नाल दौड़ मुकाबले विच भी हिस्सा लिया अते कई बार उसनू जित हासिल हुई। पहला स्थान भी मिलिया लेकिन इनामी राशि बहुत घट सी अते उसदा खेडां च अगे कोई रुजगार ना नजर आया तो मजबूरी बस वह मोची का काम करन लग गया। जेकर कुछ काम मिल जाए तो 100-150 रुपए दिन बन जाते हैं अते हर साल झोने के सीजन में वह झोना लगाने का काम भी करता है। कई बार तो किसान ये आख देंगे ने कि तेरे को काम नहीं होना, लेकिन वह उन्होंने मेहनत करके साबित कर देता है कि भावे वह अंगहीन है लेकिन हिम्मत करके वह हर काम कर सकता है। मेरा नाम लवली है जी। लवली जी की कर रहे थे? झोना ला रहे हैं जी। ਉਹਦਾ ਕੀ ਕੰਮ ਕਰਦੇ? ਉਹਦਾ ਮੋਚੀ ਦਾ ਕੰਮ ਕਰੀਦਾ ਜੀ। ਝੋਨੇ ਜੀ ਜੀ ਸਭ ਨਾਲ ਮਿਲਣਾ ਜੀ, ਉਹ ਸਾਇਆ ਜੀ ਉਹ ਹੀ ਮਿਲਣਾ ਜੀ। ਘਰ ਦੇ ਵਿੱਚ ਬ੍ਰਦਰ ਹੈਗਾ ਜੀ ਅਤੇ ਮਦਰ ਹੈ ਮੇਰੇ ਅਤੇ ਭਰਜਾਈ ਆ। ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਜਿਹੜਾ ਕੰਮ ਕਰਦੇ ਪਏ ਝੋਨੇ ਦਾ? ਦੇਖੋ ਜੀ ਉਹ ਸੀਜ਼ਨ ਆਉਂਦਾ ਉਦੋਂ ਕਰੀਦਾ ਝੋਨੇ ਦਾ ਕੰਮ ਜੀ, ਬਾਕੀ ਅਸੀਂ ਮੋਚੀ ਦੇ ਕੰਮ ਹੀ ਕਰਦੇ ਹਾਂ। ਮੋਚੀ ਦੇ ਕੰਮ 'ਚ 100-150 ਰੁਪਏ ਬਣ ਜਾਂਦਾ ਜੀ। ਕਿੱਥੇ ਅੱਡਾ ਆਪਣਾ? ਮੇਰਾ ਬੱਸ ਸਟੈਂਡ ਦੇ ਵਿੱਚ ਅੱਡਾ ਸੀ। ਦੁਕਾਨ ਆਪਣੀ ਹੈ ਕਿ ਜਾਂ ਰੈਂਟ? ਨਹੀਂ ਰੈਂਟ 'ਤੇ ਆ ਜੀ। ਕਿੰਨਾ ਕੁ ਰੈਂਟ ਚੱਲ ਜਾਂਦਾ? ਰੈਂਟ ਆਪਣਾ 30 ਰੁਪਏ ਹੈਗਾ ਜੀ ਪਰਚੀ। ਕਿੰਨਾ ਕੁ ਕਮਾ ਲੈਂਦੇ? 100-150 ਰੁਪਏ ਬਣਦਾ ਜੀ ਉੱਥੇ। ਘਰ ਦਾ ਚਲਾਉਣਾ ਪੈਂਦਾ ਜੀ, ਕੀ ਕਰ ਦਾਂਗੇ ਜ਼ਿਆਦਾ। ਹੋਰ ਸ਼ੌਂਕ ਸੀ ਸਾਨੂੰ ਜੀ, ਮੈਨੂੰ ਤਾਂ ਭੋਲੀ ਦੌੜ ਦਾ ਸ਼ੌਂਕ ਸੀ, ਉਹ ਮੈਂ ਕਾਫੀ ਟਾਈਮ ਦਾ ਫਿਰ ਛੱਡ ਚੁੱਕਾ। ਪਹਿਲਾਂ ਮੈਂ ਕਰਦਾ ਫਿਰ ਜੀ ਤੋੜੀ ਦੌੜ, ਹੁਣ ਮੈਂ ITI ਜਿੱਤੀ ਸੀ ਪਹਿਲਾਂ ਹੀ ਦੌੜ, ITI ਤੋਂ ਬਾਅਦ ਬਾਬੇ ਬਕਾਲਾ ਵੀ ਦਿੱਤੀ ਸੀ ਅਤੇ ਘੁਮਾਣ ਵੀ ਜਿੱਤੀ ਸੀ ਜੀ। ਕਿਸੇ ਨੇ ਭੈਣ? ਨਹੀਂ ਜੀ, ਕਿਸੇ ਨੇ ਮਦਦ ਨਹੀਂ ਕੀਤੀ। ਗੁਜ਼ਾਰਾ ਤਾਂ ਵੇਖੋ ਜੀ, ਖੁਦਾ ਕਰਨ ਵਾਲਾ ਮਾਲਕ ਹੀ ਆ, ਉਹਨੇ ਹੀ ਕਰਨਾ ਗੁਜ਼ਾਰਾ, ਬਾਕੀ ਤਾਂ ਮਿਹਨਤ ਕਰਨੀ ਹੈ, ਮਿਹਨਤ ਕਰਕੇ ਖਾ ਰਹੇ ਹਾਂ। ਨੇੜੇ ਕਰਕੇ ਵੀ ਜੀ ਮੈਂ ਤਾਂ ਇਹੋ ਹੀ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਆਪਣੇ ਨਸ਼ਿਆਂ ਤੋਂ ਰਹਿਤ ਹੋਵੋ, ਠੀਕ ਹੈ, ਮਿਹਨਤ ਕਰੋ, ਮਿਹਨਤ ਦਾ ਫਲ ਮਿਲਦਾ ਜ਼ਰੂਰ ਹੈ, ਠੀਕ ਹੈ ਜੀ। ਮਿਹਨਤ ਕਰਕੇ ਖਾਣਾ ਚਾਹੀਦਾ? ਮਿਹਨਤ ਕਰਕੇ ਖਾਣਾ ਚਾਹੀਦਾ ਜੀ। ਹਾਂਜੀ ਮੇਰੇ ਬ੍ਰਦਰ ਜੀ। ਕਿੱਦਾਂ ਪੂਰਾ ਝੋਨਾ ਲਗਾ ਲੈਂਦੇ ਤੁਹਾਡੇ ਨਾਲ? ਨਹੀਂ, ਜਿੰਨਾ ਵੀ ਲਾਉਂਦੇ ਆ ਲਾ ਪਾਉਂਦੇ, ਆਪਾਂ ਕਦੀ ਆਖਿਆ ਨਹੀਂ ਕੋਈ ਮਾੜਾ ਬੰਦਾ ਵੱਧ ਵੀ ਲਊਗਾ ਘੱਟ ਵੀ, ਆਪਾਂ ਕੀ ਇਹਨੂੰ ਆਖਾਂਗੇ? ਮਿਹਨਤ ਕਰਦਾ ਝੋਨੇ ਦੇ ਸੀਜ਼ਨ ਕਰਕੇ ਤੁਹਾਡੇ ਨਾਲ ਮਤਲਬ? ਹਾਂ, ਜੇ ਕੋਈ ਮਤਲਬ ਕਿ ਥੱਕ ਜਾਂਦਾ ਤਾਂ ਲਾ ਪੁੱਟਣ ਡਾ ਦੇਈ ਜਾਵਾ, ਕੀ ਗੱਲ, ਤੂੰ ਆਪਣਾ ਕੰਮ ਕਰਦਾ ਰਹੇ। ਝੋਨੇ ਤੋਂ ਇਲਾਵਾ ਹੋਰ ਕੀ ਕਰਦੇ ਆ? ਇਹ ਮੋਚੀ ਦਾ ਕੰਮ ਕਰਦੇ ਜੀ। ਉਹ ਕਿੱਥੇ ਕਰਦੇ? ਉਹਨਾਂ ਦੀ ਆਪਣੇ ਫਾੜਕ ਦੀ ਦੁਕਾਨ ਹੈ, ਕਿਰਾਏ 'ਤੇ ਰੈਂਟ 'ਤੇ ਲਈ ਹੋਈ ਆ, ਉਹਦੇ ਅੰਦਰ ਕਰਦਾ ਜੀ।